ਜਿਹੜੇ ਕੈਨੇਡਾ ਫਰੋਤੀ ਵਾਲਾ ਮਾਮਲਾ ਹੈ, ਨਰੇਸ਼ ਖੰਨਾ ਨੇ ਆਨੰਦ ਐਵਨਿਊ ਦੇ ਰਹਿਣ ਵਾਲੇ, ਇਹਨਾਂ ਦਾ ਇੱਕ ਬੇਟਾ ਗਗਨ ਹੈ, ਉਹ ਕੈਨੇਡਾ 'ਚ ਰਹਿੰਦਾ ਜੀ। ਉਹਦੇ ਕੋਲੋਂ ਉੱਥੇ ਤਿੰਨ ਲੜਕੇ ਸੀ, ਦੋ ਲੜਕੇ ਸੀ ਉਹਨਾਂ ਨੇ ਜਿਹੜੇ ਪਹਿਲਾਂ ਉੱਥੋਂ ਥ੍ਰੈਟ ਕਰਦੇ ਰਹੇ ਉਹਨੂੰ ਕਿ ਕਿਸੇ ਕੁੜੀ ਦੇ ਰਿਸ਼ਤੇ ਬਾਰੇ ਗੱਲ ਚੱਲਦੀ ਵੀ ਰਿਸ਼ਤਾ ਨਾ ਕਰ। ਉਸ ਤੋਂ ਬਾਅਦ ਉਹਦੇ ਕੋਲ ਫਰੋਤੀ ਮੰਗਣੀ ਸ਼ੁਰੂ ਕਰਤੀ। ਫਿਰ ਉਹਨਾਂ ਦੇ ਇੱਕ ਦੋਸਤ ਜਿਹੜਾ ਇੱਥੇ ਮਹਿਤਾ ਚੌਂਕ 'ਚ ਰਹਿੰਦਾ, ਜਿਹਨੂੰ ਅਸੀਂ ਗ੍ਰਿਫਤਾਰ ਕੀਤਾ, ਹਰਮਨਜੀਤ ਸਿੰਘ ਸੰਨੀ, ਉਹਨਾਂ ਨੇ ਇਹਨੂੰ ਫੋਨ ਕੀਤਾ ਅਤੇ ਇਹਨੇ ਫਿਰ ਉਹ ਜਿਹੜਾ ਕੈਨੇਡਾ ਰਹਿੰਦਾ ਗਗਨ ਉਹਨੂੰ ਥ੍ਰੈਟ ਕੀਤਾ, ਇੱਥੇ ਵੀ ਇਹਨਾਂ ਨੂੰ ਥ੍ਰੈਟ ਕੀਤਾ, 2 ਕਰੋੜ ਦੀ ਫਰੋਤੀ ਮੰਗੀ ਹੈ। ਇਹਦੇ ਵਿੱਚ ਅਸੀਂ ਜਿਹੜਾ ਮੁਕੱਦਮਾ ਦਰਜ ਕਰਕੇ ਇੱਕ ਦੋਸ਼ੀ ਹਰਮਨਜੀਤ ਸਿੰਘ ਸੰਨੀ ਵਾਸੀ ਮਹਿਤਾ ਚੌਂਕ ਨੂੰ ਗ੍ਰਿਫਤਾਰ ਕਰ ਲਿਆ ਵਾ, ਅਤੇ ਉਹਦੇ ਜਿਹੜੇ ਦੋ ਸਾਥੀ ਆ ਮੋਹਪ੍ਰੀਤ ਅਤੇ ਸਾਹਿਲ ਗਿੱਲ ਜਿਹੜੇ ਆ, ਇਹ ਆਪਸ ਵਿੱਚ ਰਿਸ਼ਤੇਦਾਰ ਵੀ, ਇਹ ਕੈਨੇਡਾ ਰਹਿੰਦੇ ਨੇ, ਇਹਨਾਂ ਨੂੰ ਅਸੀਂ ਨਾਮਜ਼ਦ ਕੀਤਾ ਵਾ। ਉਹਨਾਂ ਦੇ ਫਿਰ ਐਕਸਟਰਾ ਜੁਡੀਸ਼ੀਅਲ ਜਿਹੜੇ ਵਰੰਟ ਨੇ ਉਹ ਜਾਰੀ ਕਰਕੇ ਉੱਥੋਂ ਕੈਨੇਡਾ ਤੋਂ ਡਿਪੋਰਟ ਕਰਕੇ ਲੈ ਗਏ। ਵਜ੍ਹਾ ਅਜੇ ਫਿਲਹਾਲ ਤਾਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਚ ਆਈ ਹੈ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਇਸ ਨੰਬਰ 'ਤੇ ਥ੍ਰੈਟ ਕਰ, ਪੈਸੇ ਮੰਗ। ਬਾਕੀ ਜਦੋਂ ਉਹ ਦੋਸ਼ੀ ਗ੍ਰਿਫਤਾਰ ਹੋਣਗੇ ਉਦੋਂ ਅਸਲ ਕਾਰਨ ਦਾ ਪਤਾ ਲੱਗੂਗਾ ਕੀ ਕਾਰਨ। ਪੈਸੇ ਕਿਹਨਾਂ ਕੋਲ ਮੰਗੇ ਗਏ ਸੀ? ਪੈਸੇ ਕੈਨੇਡਾ ਜਿਹੜਾ ਗਗਨ ਉਹਦੇ ਕੋਲ ਅਤੇ ਉਹਦੇ ਪਰਿਵਾਰ ਕੋਲ ਇੱਥੇ ਜਿਹੜਾ। ਜਿਹੜੇ ਕੈਨੇਡਾ ਫਰੋਤੀ ਵਾਲਾ ਮਾਮਲਾ ਹੈ, ਨਰੇਸ਼ ਖੰਨਾ ਨੇ ਆਨੰਦ ਐਵਨਿਊ ਦੇ ਰਹਿਣ ਵਾਲੇ, ਇਹਨਾਂ ਦਾ ਇੱਕ ਬੇਟਾ ਗਗਨ ਹੈ, ਉਹ ਕੈਨੇਡਾ 'ਚ ਰਹਿੰਦਾ ਜੀ। ਉਹਦੇ ਕੋਲੋਂ ਉੱਥੇ ਤਿੰਨ ਲੜਕੇ ਸੀ, ਦੋ ਲੜਕੇ ਸੀ ਉਹਨਾਂ ਨੇ ਜਿਹੜੇ ਪਹਿਲਾਂ ਉੱਥੋਂ ਥ੍ਰੈਟ ਕਰਦੇ ਰਹੇ ਉਹਨੂੰ ਕਿ ਕਿਸੇ ਕੁੜੀ ਦੇ ਰਿਸ਼ਤੇ ਬਾਰੇ ਗੱਲ ਚੱਲਦੀ ਵੀ ਰਿਸ਼ਤਾ ਨਾ ਕਰ। ਉਸ ਤੋਂ ਬਾਅਦ ਉਹਦੇ ਕੋਲ ਫਰੋਤੀ ਮੰਗਣੀ ਸ਼ੁਰੂ ਕਰਤੀ। ਫਿਰ ਉਹਨਾਂ ਦੇ ਇੱਕ ਦੋਸਤ ਜਿਹੜਾ ਇੱਥੇ ਮਹਿਤਾ ਚੌਂਕ 'ਚ ਰਹਿੰਦਾ, ਜਿਹਨੂੰ ਅਸੀਂ ਗ੍ਰਿਫਤਾਰ ਕੀਤਾ, ਹਰਮਨਜੀਤ ਸਿੰਘ ਸੰਨੀ, ਉਹਨਾਂ ਨੇ ਇਹਨੂੰ ਫੋਨ ਕੀਤਾ ਅਤੇ ਇਹਨੇ ਫਿਰ ਉਹ ਜਿਹੜਾ ਕੈਨੇਡਾ ਰਹਿੰਦਾ ਗਗਨ ਉਹਨੂੰ ਥ੍ਰੈਟ ਕੀਤਾ, ਇੱਥੇ ਵੀ ਇਹਨਾਂ ਨੂੰ ਥ੍ਰੈਟ ਕੀਤਾ, 2 ਕਰੋੜ ਦੀ ਫਰੋਤੀ ਮੰਗੀ ਹੈ। ਇਹਦੇ ਵਿੱਚ ਅਸੀਂ ਜਿਹੜਾ ਮੁਕੱਦਮਾ ਦਰਜ ਕਰਕੇ ਇੱਕ ਦੋਸ਼ੀ ਹਰਮਨਜੀਤ ਸਿੰਘ ਸੰਨੀ ਵਾਸੀ ਮਹਿਤਾ ਚੌਂਕ ਨੂੰ ਗ੍ਰਿਫਤਾਰ ਕਰ ਲਿਆ ਵਾ, ਅਤੇ ਉਹਦੇ ਜਿਹੜੇ ਦੋ ਸਾਥੀ ਆ ਮੋਹਪ੍ਰੀਤ ਅਤੇ ਸਾਹਿਲ ਗਿੱਲ ਜਿਹੜੇ ਆ, ਇਹ ਆਪਸ ਵਿੱਚ ਰਿਸ਼ਤੇਦਾਰ ਵੀ, ਇਹ ਕੈਨੇਡਾ ਰਹਿੰਦੇ ਨੇ, ਇਹਨਾਂ ਨੂੰ ਅਸੀਂ ਨਾਮਜ਼ਦ ਕੀਤਾ ਵਾ। ਉਹਨਾਂ ਦੇ ਫਿਰ ਐਕਸਟਰਾ ਜੁਡੀਸ਼ੀਅਲ ਜਿਹੜੇ ਵਰੰਟ ਨੇ ਉਹ ਜਾਰੀ ਕਰਕੇ ਉੱਥੋਂ ਕੈਨੇਡਾ ਤੋਂ ਡਿਪੋਰਟ ਕਰਕੇ ਲੈ ਗਏ। ਵਜ੍ਹਾ ਅਜੇ ਫਿਲਹਾਲ ਤਾਂ ਜਿਹੜੀ ਇਹਦੀ ਇਨਵੈਸਟੀਗੇਸ਼ਨ 'ਚ ਆਈ ਹੈ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਇਸ ਨੰਬਰ 'ਤੇ ਥ੍ਰੈਟ ਕਰ, ਪੈਸੇ ਮੰਗ। ਬਾਕੀ ਜਦੋਂ ਉਹ ਦੋਸ਼ੀ ਗ੍ਰਿਫਤਾਰ ਹੋਣਗੇ ਉਦੋਂ ਅਸਲ ਕਾਰਨ ਦਾ ਪਤਾ ਲੱਗੂਗਾ ਕੀ ਕਾਰਨ। ਪੈਸੇ ਕਿਹਨਾਂ ਕੋਲ ਮੰਗੇ ਗਏ ਸੀ? ਪੈਸੇ ਕੈਨੇਡਾ ਜਿਹੜਾ ਗਗਨ ਉਹਦੇ ਕੋਲ ਅਤੇ ਉਹਦੇ ਪਰਿਵਾਰ ਕੋਲ ਇੱਥੇ ਜਿਹੜਾ।